हलचल टीवी न्यूज। ਇਹਦੇ ਵਾਸਤੇ ਸਾਰੇ ਸੁਰੱਖਿਆ ਦੇ ਅਸੀਂ ਮੁਕੰਮਲ ਇੰਤਜ਼ਾਮ ਕਰ ਚੁੱਕੇ ਹੋਏ ਹਾਂ। ਇਹਦੀ ਦੇਖ ਰੇਖ ਵਾਸਤੇ 2 ਐਸ ਪੀ ਸਾਹਿਬ, 4 ਡੀ ਐਸ ਪੀ ਸਾਹਿਬ, 8 ਜਿਹੜੇ ਇੰਸਪੈਕਟਰ ਐਸ ਐਚ ਓ ਰੈਂਕ ਦੇ ਅਫਸਰ ਨੇ, ਅਤੇ ਤਕਰੀਬਨ ਅਸੀਂ 350 ਦੇ ਆਸ ਪਾਸ ਮੁਕੰਮਲ ਜਿਹੜੇ ਸਾਰੇ ਮੁਲਾਜ਼ਮ ਨੇ ਉਹ ਸਾਰੇ ਪੁਆਇੰਟਾਂ 'ਤੇ ਅਸੀਂ ਲਾ ਚੁੱਕੇ ਹੋਏ ਹਾਂ। ਔਰ ਪਾਰਕਿੰਗ ਦਾ ਪ੍ਰਬੰਧ, ਸੁਰੱਖਿਆ ਦਾ ਸਾਰਾ ਪ੍ਰਬੰਧ, ਪੈਟਰੋਲਿੰਗ ਦਾ ਸਾਰਾ ਪ੍ਰਬੰਧ, ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ, ਉਹਦੇ ਵਾਸਤੇ ਫੋਰਸ ਨੂੰ ਗਾਈਡ ਕਰਨ ਦਾ ਜਿਹੜਾ ਅਸੀਂ ਦਿਸ਼ਾ ਨਿਰਦੇਸ਼ ਪਹਿਲਾਂ ਦੇ ਚੁੱਕੇ ਹੋਏ ਹਾਂ। ਔਰ ਸਾਰੇ ਪ੍ਰਬੰਧ ਹਰ ਪੱਖੋਂ ਮੁਕੰਮਲ ਅਸੀਂ ਕਰ ਚੁੱਕੇ ਹੋਏ ਹਾਂ, ਕਿਸੇ ਨੂੰ ਕੋਈ ਉੱਥੇ ਮੁਸ਼ਕਲ ਪੇਸ਼ ਨਹੀਂ ਆਵੇ। ਆਪ ਦੇਖ ਰਹੇ ਹੈ ਹਲਚਲ ਟੀਵੀ ਨਿਊਜ਼।